ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਅਹਿਮ ਸੁਰਖੀਆਂ ਦੇ ਗਹਿਰਾਈ ਤੱਕ ਜਾਣ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਆ ਅਤੇ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 408-272-2720-2500। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਹੈ ਜੀ ਕਰਵਾ ਸਕਦੇ ਹੋ। ਉਸ ਦੇ ਬਾਰੇ ਪਤਾ ਕਰਨ ਲਈ ਫ੍ਰੀ ਕੋਡ ਲੈਣ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਉੱਤੇ। ਇਸ ਦੇ ਨਾਲ ਨਾਲ ਸੁਰਿੰਦਰ ਕੌਰ ਧਾਮੀ ਜੀ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ ਅਤੇ ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਨੀਵਰਸਿਟੀ ਤੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-7268-4087-227-698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ। ਜਿਹੜੇ ਪ੍ਰਧਾਨ ਮੰਤਰੀ ਮੋਦੀ ਹੁਣੀ ਇੱਕ ਵਾਰੀ ਫਿਰ ਜਿਹੜੀ ਆ ਬਾਹਰ ਦੀ ਯਾਤਰਾ 'ਤੇ ਪਹੁੰਚੇ ਹੋਏ ਨੇ ਅਤੇ ਉੱਥੇ ਜਾ ਕੇ ਕਹਿੰਦੇ ਜੀ ਚੰਗਾ ਤਵਾ ਲਾਇਆ ਕਾਂਗਰਸ 'ਤੇ। ਜੀ, ਸੈਲਫੀਆਂ ਖਿੱਚਣ ਦੇ ਸ਼ੌਕੀਨ ਨਰਿੰਦਰ ਮੋਦੀ ਹੁਰੀ ਜਿਹੜੇ ਜੀ ਉਹ ਇਸ ਵੇਲੇ UAE ਦੇ ਵਿੱਚ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੇ ਇੱਕ ਵਾਰੀ ਫਿਰ ਵਿਦੇਸ਼ ਦੇ ਵਿੱਚ ਪਿਛਲੀਆਂ ਸਰਕਾਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ, ਜਿਹਦੇ ਕਰਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਇੱਥੇ ਉਹ ਭਾਰਤ ਦੇ ਵਿੱਚ ਆ ਗਏ ਨੇ ਜੀ। ਉਹਨਾਂ ਨੇ ਸਿੱਧਾ ਇਸ਼ਾਰਾ ਕਾਂਗਰਸ ਦੇ ਵੱਲ ਕੀਤਾ। ਕਾਂਗਰਸ ਨੇ ਵੀ ਤਿੱਖਾ ਪ੍ਰਤੀਕਰਮ ਜਿਹੜਾ ਜੀ ਉਹ ਦਿੱਤਾ ਔਰ ਮੋਦੀ ਹੁਰਾਂ ਦੇ ਬਿਆਨ ਨੂੰ ਨੀਵੇਂ ਪੱਧਰ ਦਾ ਜਿਹੜਾ ਜੀ ਉਹ ਕਰਾਰ ਜਿਹੜਾ ਜੀ ਉਹ ਦਿੱਤਾ। ਖਾੜੀ ਮੁਲਕ ਦੇ ਮਸੱਦਰ ਸ਼ਹਿਰ ਦੇ ਵਿੱਚ ਜਿਹੜਾ ਸੀਗਾ ਜੀ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਮੋਦੀ ਹੁਰਾਂ ਨੇ ਇਹ ਕਿਹਾ ਕਿ ਮੇਰੀ ਸਰਕਾਰ ਨੂੰ ਵਿਰਸੇ ਦੇ ਵਿੱਚ ਕੁਝ ਸਮੱਸਿਆਵਾਂ ਮਿਲੀਆਂ ਨੇ। ਸਾਬਕਾ ਸਰਕਾਰਾਂ ਦੇ ਵੱਲੋਂ ਫੈਸਲੇ ਨਾ ਲੈਣ ਤੇ ਸੁਸਤੀ ਵਾਲੇ ਰਵੱਈਏ ਕਰਕੇ ਮੈਨੂੰ ਕੁਝ ਕੰਮ ਜਿਹੜੇ ਉਹ ਅਟਕੇ ਹੋਏ ਨੇ ਤੇ ਮੇਰੀ ਫੌਰੀ ਤਰਜੀਹ ਹੈ ਕਿ ਉਹਨਾਂ ਕੰਮਾਂ ਨੂੰ ਮੁੜ ਕੇ ਜਿਹੜਾ ਜੀ ਰਫ਼ਤਾਰ ਦੇਈਏ ਜੀ। ਨਰਿੰਦਰ ਮੋਦੀ ਹੋਰੀ ਭਾਰਤ ਦੇ ਵਿੱਚ ਤਾਂ ਬੋਲਦੇ ਨਹੀਂ, ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਉਹ ਜਿਹੜਾ ਜੀ ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਕਰਦੇ ਨੇ। ਇੱਥੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੁਲਕ ਦੇ ਪ੍ਰਧਾਨ ਮੰਤਰੀ ਵਜੋਂ ਗਏ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਵਜੋਂ, ਜਿਹੜੇ ਕਿ ਵਿਰੋਧੀ ਧਿਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਹੀ ਆਪਣੇ ਜਿਹੜਾ ਜੀ ਉਹ ਨਿਸ਼ਾਨੇ ਦੇ ਉੱਤੇ ਜਿਹੜਾ ਉਹ ਲੈਂਦੇ ਨੇ। ਜਿਹੜਾ ਉਹ ਉੱਥੇ ਇੱਕ ਮਸਜਿਦ ਦੇ ਵਿੱਚ ਗਏ ਨੇ ਉਹਨੂੰ ਲੈ ਕੇ ਵੀ ਜਿਹੜਾ ਜੀ ਇੱਥੇ ਕਾਫੀ ਸਿਆਸਤ ਜਿਹੜੀ ਆ ਜੀ ਉਹਦੇ ਉੱਤੇ ਹੋ ਰਹੀ ਆ। ਇਹ ਕਿਹਾ ਜਾ ਰਿਹਾ ਕਿ ਇੱਥੇ ਤਾਂ ਕਦੀ ਉਹ ਮਸਜਿਦ ਦੇ ਵਿੱਚ ਨਹੀਂ ਗਏ, ਨਾ ਇੱਥੇ ਉਹਨਾਂ ਨੇ ਆਪਣੇ ਆਪ ਨੂੰ ਧਰਮ ਨਿਰਪੱਖ ਜਿਹੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ। UAE ਦੇ ਵਿੱਚ ਗਏ ਨੇ ਤੇ ਉੱਥੇ ਉਹਨਾਂ ਨੂੰ ਮਸਜਿਦ ਜਿਹੜੀ ਆ ਜੀ ਉਹ ਵੀ ਚੇਤੇ ਆ ਗਈ ਹੈ। ਜਿਹੜੇ ਸਿਆਸੀ ਵਿਰੋਧੀ ਨੇ ਜੀ ਉਹਨਾਂ ਨੇ ਇਸ ਪੱਖੋਂ ਵੀ ਨਰਿੰਦਰ ਮੋਦੀ ਹੋਰਾਂ ਨੂੰ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਲਿਆ ਕਿ ਇੱਥੇ ਤਾਂ ਉਹਨਾਂ ਨੇ ਟੋਪੀ ਪਾਉਣ ਤੋਂ ਵੀ ਨਾ ਕਰਤੀ ਸੀ ਜਿਹੜੀ ਕਿ ਇੱਕ ਵਿਸ਼ੇਸ਼ ਫਿਰਕੇ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਇੱਥੇ ਉਹਨਾਂ ਨੇ ਦੋ ਇਫਤਾਰ ਪਾਰਟੀਆਂ ਜਿਹੜੀਆਂ ਜੀ ਉਹਦੇ ਵਿੱਚ ਵੀ ਉਹ ਨਹੀਂ ਗਏ। ਸੋ ਇਹਨੂੰ ਲੈ ਕੇ ਨਰਿੰਦਰ ਮੋਦੀ ਹੋਰੀ ਜਿਹੜੇ ਜੀ ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਨੇ ਤੇ ਨਾਲ ਦੀ ਨਾਲ ਜਿਹੜੇ ਲੋਕ ਉਹਨਾਂ ਦੇ ਉੱਤੇ ਕਟਾਕਸ਼ ਕਰਦੇ ਨੇ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਉਹ ਵੀ ਫੇਰ ਜਿਹੜਾ ਜੀ ਸਰਗਰਮ ਹੋ ਗਏ ਉਹਨਾਂ ਦੇ ਦੌਰੇ ਤੋਂ ਬਾਅਦ ਤੇ ਉਹ ਇਹ ਲਿਖਦੇ ਨੇ ਜੀ ਕਿ ਮੋਦੀ ਸਾਹਿਬ ਧੰਨਵਾਦ 15 ਅਗਸਤ ਦੇ ਉੱਤੇ ਭਾਰਤ ਆਉਣ ਦੇ ਵਾਸਤੇ। ਜੀ ਜੀ, ਅਤੇ ਇੱਕ ਹੋਰ ਟਵੀਟ ਇੱਦਾਂ ਦਾ ਇਸ ਟਾਈਮ ਮਸ਼ਹੂਰ ਹੋ ਰਿਹਾ ਵੀ ਕਿਸੇ ਮੰਦਰ ਵਾਸਤੇ ਜਿਹੜੀ ਜ਼ਮੀਨ ਜਿਹੜੀ ਇਹਨਾਂ ਨੇ ਲੈ ਕੇ ਦਿੱਤੀ ਆ, ਪਰ ਨਾਲ ਹੀ ਇੱਕ ਹੋਰ ਖਬਰ ਆਉਂਦੀ ਆ ਵੀ ਇਹ ਦੋ ਤਿੰਨ ਸਾਲ ਪਹਿਲਾਂ ਹੀ ਜਿਹੜੀ ਉਹਨਾਂ ਨੇ ਅਲਾਟ ਕਰਤੀ ਸੀ। ਬਿਲਕੁਲ, ਇਹ ਮੰਦਰ ਦਾ ਜਿਹੜਾ ਜ਼ਿਕਰ ਚੱਲ ਰਿਹਾ ਜੀ ਐਕਚੁਅਲੀ ਇਹ ਟਾਈਮਸ ਆਫ ਇੰਡੀਆ ਦੀ ਖਬਰ ਹੈ 3 ਸਾਲ ਪਹਿਲਾਂ ਦੀ, ਜਿਹਦੇ ਵਿੱਚ ਇਹ ਇਸ ਗੱਲ ਦਾ ਜ਼ਿਕਰ ਹੈ ਜੀ ਕਿ ਉੱਥੋਂ ਦੇ ਇੱਕ ਜਿਹੜੇ ਹੈ ਨੇ ਕਾਰੋਬਾਰੀ ਪ੍ਰਸਿੱਧ ਉਹਨਾਂ ਨੇ ਜਿਹੜਾ ਜੀ ਇਹ ਮੰਦਰ ਦੇ ਵਾਸਤੇ ਦਾਨ ਦਿੱਤੀ ਸੀਗੀ ਜ਼ਮੀਨ। ਇਹ ਕੱਢ ਕੇ ਜਿਹੜੀ ਨਾ ਜੀ ਆਪਣੇ ਪੇਟੇ ਪਾ ਲਈ ਗਈ ਹੈ ਕਿ ਮੋਦੀ ਸਾਹਿਬ ਦੇ ਦੌਰੇ ਦੀ ਵਜ੍ਹਾ ਕਰਕੇ ਇਹ ਜਿਹੜੀ ਇਹਦੇ ਮੰਦਰ ਨੂੰ ਦਾਨ ਦਿੱਤੀ ਗਈ ਹੈ, ਜਦੋਂ ਕਿ ਇਹ ਖਬਰ ਜਿਹੜੀ ਹੈ ਜੀ ਉਹ ਪੁਰਾਣੀ ਹੈ। ਜੀ ਜੀ, ਅਤੇ ਅਗਲੀ ਗੱਲ ਕਰੀਏ ਅਕਾਲੀ ਭਾਜਪਾ ਪੰਜਾਬ ਦੇ ਵਿੱਚ ਵੱਖੋ ਵੱਖਰੇ ਸੁਰ। ਜਿਹੜੀ ਈਸੜੂ ਕਾਨਫਰੰਸ ਸੀ ਜੀ ਉਹਦੇ ਵਿੱਚ ਅਕਾਲੀ ਦਲ ਨੇ ਭਾਜਪਾ ਨੂੰ ਸੱਦਾ
नहीं सी दिता ना कोई भाजपा का उत्थे जिहड़ा जी वो आगू आया हुण बठिंडे दे विच सीगे जी मुख्यमंत्री प्रकाश सिंह बादल हुरी उन्होंने जो पूछा गया अकाली भाजपा गठजोड़ के बारे तो कहते जी कि अकाली भाजपा गठजोड़ तो बिल्कुल अटुट है तो उन्होंने कहा जी मेरे को भावे तुम अंगूठा लो जी ये गठजोड़ जरा जी वो कहते सदीवी जरा जी वह चलूगा। अच्छा जी। इस पास भारतीय जनता पार्टी के प्रधान जेडे कमल शर्मा ने वह भी बठिंडे जी उन्होंने यह आख्या जी कि आदिया जड़िया चोणा ने वो बारे गठजोड़ का फैसला जरा जी वह हाईकमांड ने करना इस मामले के उत्ते कोई भी जरा जी वो फैसला लैण की ताकत जी है वो पंजाब भाजपा उन्होंने कहा नहीं रखती हाईकमांड ने जरा जी वो ये फैसला जरा लैना हुण कमल शर्मा और यह किवें भुल जाण कि पिछले दिनों के जो उन्होंने पी ए के उत्ते परचा जरा दर्ज होया तो सब तो वध घेरन का यतन उन्होंने बादल परिवार की मैंबर हरसिमरत कौर बादल ने तो किया अस्तीफा मंगी जाते सन तो हुण कमल शर्मा और को थोड़ी ना एक्सपैक्ट कर सकते हैं कि जिहड़ा साडा अकाली भाजपा गठजोड़ है वह नौ मास के रिश्ते वाला जां पति पत्नी वाला है जिहड़ा कि सिद्धम सिद्धा दिस रहा इस वेले कि दराणी जठाणी वाला जी 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 बिल्कुल बिल्कुल। ते अगली गल करिए साबका फौजियां दा वन रैंक वन पेंशन वाली जिहड़ी जंग आ होर तेज ठीक है एक्चुअली जिहड़ा दिल्ली दी पुलिस ने काला कीता सीगा 14 अगस्त नूं इन्हां नूं उठाउण दे वास्ते जंतर मंतर तो वो लगता जी कि काफी महंगा पै सकता है जिहड़ी केंद्र दी सरकार है उहनूं क्योंकि दिल्ली पुलिस उहदे अधीन ही आउंदी है इहनूं लैके एक्चुअली 10 जिहड़े साबका फौज दे जिहड़े मुखी ने जिदे जल सेना थल सेना हवाई सेना जी यह शामिल है इन्हों के जेडे मुखी ने रिटायर्ड दस उन्होंने एक चिट्ठी जी है जी सांझे तौर दे उत्ते लिखी है प्रधानमंत्री नरेंद्र मोदी होरां नूं इस चिट्ठी दे विच उन्होंने इस घटना का जिक्र किया कि जेडे सरहदां की राखी करने वाले जेडे फौजी ने उन्होंने शांतमई तरीके दे नाल एजीटेशन करन दा हक भी जिहड़ा उह नहीं दिता जा रहा और यह आख्या गया जी कि उन्होंने इउं दिल्ली की पुलिस के वलों उठाना गैर कानूनी है तो यदि इनवैसटीगेशन जी है जी वो हो क्यों किया गया जी। दूजा उन्होंने 10 जिहड़े फौज के मुखी ने उन्होंने ये गल आखी आ कि वन रैंक वन पेंशन जी है जी इस मसले के उत्ते नरेंद्र मोदी हुरी छेती ऐलान करन उन्होंने कहा कि जेड़े बहाने हुण लाए जा रहे हैं जे ये बहाने सही सन तो पहला वादा जिहड़ा सीगा वह क्यों किया गया दो जिहड़े फौजी ने उत्थे बैठे उन्होंने अणमिथे समय के वास्ते मन व्रत जिहड़ा जी इहदे लई रख दिता जिन्ना घटाउण की कोशिश की सी केंद्र की सरकार ने मनाउण की कोशिश की सी उन्ना ही लगता जी कि यह जिहड़े साबका फौजी ने उन्होंने अपना अंदोलन जिहड़ा जी वह तिखा कर लिया जी जी बिल्कुल जी लारे लाउंदे वी हुण इन्हां नूं कई जिहड़े जी साल हो चुके आ। ते अगली गल करिए जी एस टी के मुद्दे के उत्ते कैप्टन धड़ा ते भट्ठल धड़ा जिहड़ा जी आमो सामने इनफैक्ट आपस च ही आमो सामने हुए दोनों एक्चुअली जी ये देखा जाए तो तुम ये कह सकते हो कि ये इशू जरूर जरा सामने रखा गया पर असल जरा मकसद है वो यही है जी कि कैप्टन अमरिंदर सिंह हुरी जिवें जिवें कांग्रेस तो दूर हो रहे हैं तिवें तिवें जिहड़ा जी कुछ वो आगू जिहड़े उन्हां दे नाल 57 रखते हैं पिछले समय तो वह फिर हाईकमांड के हक के जिहड़ा ना जी वह खड़न की कोशिश जिहड़ा जी वह कर रहे हैं जी कागजां दे विच भैण भरा जिहड़े अखवाउंदे कैप्टन अमरिंदर सिंह ते रजिंदर कौर भट्ठल हुरी कागजां च इस तरह जी अखबारां दे रूप दे विच जदों कोई गल हुंदी सी तां वह कहिंदे सी मेरी भैण वर्गी आ वह कहिंदे सी मेरा वड्डा भरा आ तो आम तौर दे उत्ते दोनों जिहड़े ने जी वह तिखे एक दूजे के खिलाफ छड्ड ही रहे ने हुण जिहड़ी बीबी भट्ठल है उन्हें जी है जी पार्टी लाइन समझाई है कैप्टन अमरिंदर सिंह और उन्होंने कि पार्टी जेडे डिसीजन लेंदी है वो उत्ते जिहड़ा जी वो खड़ना पैंदा उन्होंने ये कहा कि कैप्टन अमरिंदर सिंह और वास्ते मोदी सरकार जिम्मेवार दसना चाहिदा सीगा निशाना वो उत्ते लाउणा चाहिदा सीगा ना कि सोनिया गांधी राहुल गांधी या फिर कांग्रेस के उत्ते निशाना लाना चाहिदा सीगा कैप्टन अमरिंदर सिंह उन्होंने कहा है कि मैं किसी के उत्ते निशाना नहीं लाया मैं तो पंजाब के वास्ते जिहड़ी गल की सी कि पंजाब के ये फायदे दे विच है जी एस टी वाला जिहड़ा मुद्दा जी भाव के जी एस टी बिल पास होना चाहिदा सीगा नहीं पास होया तो वह कहिंदे जी कि इहदा मतलब यह है कि ये पंजाब जिहड़ा जी वह घाटा पै रहा है सो दोनों जिहड़े आगू ने जी उन्होंने हुण बयानबाजी जिहड़ी है ये नवी शुरू हुई है तो आउंदे दिनों के दौरान जेकर प्रताप सिंह बाजवा उरी जाके छेती देने रजिंदर कौर भट्ठल होरां दे नाल मुलाकात करन चले जाण तो किसी मेरा ख्याल हैरानगी नहीं होनी चाहिए जी जी बिल्कुल बिल्कुल। ते अगली गल करते हैं श्रोमणी गुरद्वारा प्रबंधक कमेटी मुख सकत्तर लाने लई बजिद 20 तरीक नूं कहिंदे जी इंटरव्यू रखी है फिर
ਜੀ ਬਿਲਕੁਲ, ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਇਹ ਜਿਹੜੀ ਜੀ ਕਟਾਈ ਚ ਪੈ ਗਈ ਸੀਗੀ, ਕਿਉਂਕਿ ਇਹਦਾ ਰੌਲਾ ਬਹੁਤ ਪੈ ਗਿਆ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਦੇ ਉੱਤੇ, ਜਿਹੜੇ ਤਰੀਕੇ ਦੇ ਨਾਲ ਇਹ ਇੰਟਰਵਿਊ ਰੱਖੀ ਗਈ ਸੀ, ਜਿਹੜੀਆਂ ਯੋਗਤਾਵਾਂ ਦੱਸੀਆਂ ਗਈਆਂ ਸੀ, ਸਭ ਨੂੰ ਪਤਾ ਸੀਗਾ ਇਹ ਯੋਗਤਾਵਾਂ ਕੌਣ ਪੂਰੀਆਂ ਕਰ ਰਿਹਾ ਤੇ ਕਿਹਨੂੰ ਇੱਥੇ ਫਿੱਟ ਕਰਨ ਦੇ ਜਿਹੜੇ ਉਹ ਯਤਨ ਨੇ ਜੀ। ਹੈਰਾਨਗੀ ਵਾਲੀ ਗੱਲ ਇਹ ਆ ਜੀ, ਹੈਰਾਨਗੀ ਵਾਲੀ ਗੱਲ ਇਹ ਆ ਵਿਸ਼ਵ ਪੱਧਰ ਦੇ ਉੱਤੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇੰਨੀ ਜਿਹੜੀ ਆ ਜੀ ਉਹ ਤੋਏ ਤੋਏ ਹੋਈ, ਇੰਨਾ ਰੌਲਾ ਜਿਹੜਾ ਜੀ ਉਹ ਪਿਆ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਵਿਜੇਤ ਹੈ ਕਿ 3.5 ਲੱਖ ਰੁਪਈਏ ਦੇ ਉੱਤੇ ਉਹਨਾਂ ਨੇ ਇਹ ਬੰਦਾ ਜਿਹੜਾ ਜੀ ਉਹ ਰੱਖਣਾ ਹੀ ਰੱਖਣਾ। ਇਹ ਸੀਈਓ ਟਾਈਪ ਜਿਹੜਾ ਜੀ ਉਹ ਹੋਊਗਾ, ਜਿਵੇਂ ਭਾਰਤ ਦੇ ਵੱਡੇ ਮੰਦਰ ਨੇ ਨਾ ਜੀ ਜਿਹਨਾਂ ਦਾ ਬਹੁਤ ਵੱਡਾ ਬਜਟ ਹੈ, ਜਿਵੇਂ ਉਹਨਾਂ ਨੇ ਰੱਖੇ ਹੋਏ ਨੇ, ਉਸ ਕਿਸਮ ਦਾ ਹੀ ਹੋਣਾ ਜੀ। ਹੁਣ ਇਹਦੇ ਵਾਸਤੇ ਇੰਟਰਵਿਊ ਜਿਹੜੀ ਆ ਜੀ ਉਹ 20 ਤਰੀਕ ਨੂੰ ਰੱਖੀ ਗਈ ਹੈ ਜੀ, ਔਰ ਇਹਦੇ ਵਾਸਤੇ ਜਥੇਦਾਰ ਜਿਹੜੇ ਅਵਤਾਰ ਸਿੰਘ ਮੱਕੜਹੁਰੀ ਨੇ ਉਹ ਕਹਿੰਦੇ ਕਿ ਆਈਆਂ ਜਿਹੜੀਆਂ ਐਪਲੀਕੇਸ਼ਨ ਨੇ ਉਹਦੇ ਤੋਂ ਘੋਖ ਤੋਂ ਬਾਅਦ ਜਿਹੜਾ ਜੀ ਯੋਗ ਉਮੀਦਵਾਰ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਗਿਆ, ਔਰ ਇਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਬਣਾਈ ਸਬ ਕਮੇਟੀ ਦੇ ਵੱਲੋਂ ਇਹ ਇਸ ਅਹਿਮ ਅਹੁਦੇ ਦੀ ਯੋਗਤਾ ਜਿਹੜੀ ਹੈ ਉਹ ਨਿਰਧਾਰਿਤ ਕੀਤੀ ਗਈ ਸੀਗੀ, ਔਰ ਢੰਗ ਤਰੀਕਾ ਵੀ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ। ਇਹਦੇ ਤਹਿਤ 100 ਅੰਕ ਰੱਖੇ ਗਏ ਨੇ, ਜਿਹਦੇ ਵਿੱਚੋਂ 20 ਅੰਕ ਇੰਟਰਵਿਊ ਦੇ ਹੋਣਗੇ, ਬਾਕੀ ਜਿਹੜੀ ਹੈ ਜੀ ਉਹਦੀ ਐਜੂਕੇਸ਼ਨ ਤਜਰਬਾ ਹਾਇਰ ਐਜੂਕੇਸ਼ਨ ਜਿਹੜੀ ਹੈ ਜੀ ਉਹ ਹੋਊਗੀ ਜੀ। ਔਰ ਮੇਰਾ ਖਿਆਲ ਦੱਸਣ ਦੀ ਤਾਂ ਜ਼ਰੂਰਤ ਨਹੀਂ ਕਿ ਕਿਹਨੂੰ ਜਿਹੜਾ ਜੀ ਉਹ ਰੱਖਿਆ ਜਾਣਾ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਲਈ ਮੁੱਖ ਸਕੱਤਰ ਦੀ ਨਿਯੁਕਤੀ ਦਾ ਕੋਈ ਨਿਯਮ ਹੀ ਨਹੀਂ ਹੈ ਜੀ। ਨਿਯਮ ਦੇ ਅਨੁਸਾਰ ਕਮੇਟੀ ਦੇ ਵਿੱਚ ਸਭ ਤੋਂ ਉੱਚਾ ਅਹੁਦਾ ਜਿਹੜਾ ਜੀ ਉਹ ਸਕੱਤਰ ਦਾ ਹੈ, ਔਰ ਹੁਣ ਜਿਹੜਾ ਜੀ ਇਹ ਉਲਟ ਜਾ ਕੇ ਜਿਹੜਾ ਜੀ ਇਹਦੇ ਤੋਂ ਉਲਟ ਜਾ ਕੇ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਇਹ ਜਿਹੜਾ ਜੀ ਉਹ ਰੱਖਿਆ ਜਾ ਰਿਹਾ ਜੀ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੀ ਜ਼ਰੂਰਤ ਜਿਹੜੀ ਆ ਉਹ ਬੜੀ ਆ। ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲੋਂ ਚਰਚਿਤ ਰਹੀ ਹੈ ਕਿ ਉਹ ਚਾਰਟਰਡ ਅਕਾਊਂਟੈਂਟ ਨੂੰ 1 ਕਰੋੜ ਰੁਪਈਏ ਜਿਹੜੇ ਆ ਜੀ ਉਹ ਦਿੰਦੀ ਹੈ, ਤੇ ਇਹ ਵੀ ਜਿਹੜਾ ਜੀ ਬਹੁਤ ਮਹਿੰਗਾ ਪੈਣਾ ਜਿਹੜਾ ਮੁੱਖ ਸਕੱਤਰ ਆ, 3.5 ਲੱਖ ਰੁਪਈਆ ਤਨਖਾਹ ਤੇ ਬਾਕੀ ਉੱਪਰ ਥੱਲੜੇ ਜਿਹੜੇ ਜੀ ਉਹ ਸਾਰੇ ਰਲਾ ਕੇ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਕਿੱਥੇ ਜਾ ਕੇ ਇਹ ਵੀ 1 ਕਰੋੜ ਦੇ ਨੇੜੇ ਤੇੜੇ ਡਿੱਗਣਾ ਜੀ ਸਾਲ ਦਾ। ਜੀ ਜੀ ਬਿਲਕੁਲ ਜੀ, ਉੱਕਾ ਪੁੱਕਾ ਹੀ ਤਨਖਾਹ ਮਿਲਣੀ ਵਿਚਾਰਿਆਂ ਨੂੰ ਤਾਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੂਰਜ ਸਿੰਘ ਖਾਲਸਾ ਹੋਣਾ ਦੇ ਜਵਾਈ ਸਤਵਿੰਦਰ ਸਿੰਘ ਭੋਲਾ ਹੋਣਾ ਦੀ ਪਿਓਰਾ ਕਰਕੇ ਜਿਹੜਾ ਇਲਨੋਇਸ ਦੇ ਵਿੱਚ ਜਗ੍ਹਾ ਆ ਉੱਥੇ ਛੁਰਾ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਜੀ। ਇਹ ਕਿਉਂਕਿ ਖਬਰ ਤਾਂ ਤੁਹਾਡੇ ਮੁਲਕ ਦੇ ਨਾਲ ਰਿਲੇਟਡ ਹੈ ਜੀ, ਸੋ ਇੱਥੇ ਇੰਨਾ ਹੈ ਕਿ ਇਹਦਾ ਚਰਚਾ ਜ਼ਰੂਰ ਹੈ ਜੀ ਅਖਬਾਰਾਂ ਦੇ ਵਿੱਚ ਵੀ, ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਇਹਦਾ ਜਿਹੜਾ ਉਹ ਚਰਚਾ ਹੈ। ਹਾਲਾਂਕਿ ਲੇਟੈਸਟ ਰਿਪੋਰਟਾਂ ਦੇ ਮੁਤਾਬਕ, ਵੈਸੇ ਤੁਸੀਂ ਮੈਨੂੰ ਦਰੁਸਤ ਕਰ ਦੇਣਾ ਜੇ ਮੈਂ ਗਲਤ ਹੋਇਆ, ਤਾਂ ਸ਼ਿਕਾਗੋ ਦੀ ਜਿਹੜੀ ਪੁਲਿਸ ਹੈ ਉਹਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਇਸ ਮਰਡਰ ਦੇ ਵਿੱਚ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ। ਮੈਂ ਉਹਨਾਂ ਦੀ ਜਿਹੜੀਆਂ ਪ੍ਰੈਸ ਰਿਲੀਜ਼ ਨੇ ਉਹ ਚੈੱਕ ਕਰਨ ਦੀ ਵਾਰ ਵਾਰ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਆ, ਅਜੇ ਉਹਨਾਂ ਨੇ ਇਹਨੂੰ ਮਰਡਰ ਜਿਹੜਾ ਜੀ ਦੱਸਿਆ ਉਹਨਾਂ ਨੇ ਇਦੋਂ ਅੱਗੇ ਡਿਟੇਲ ਜਿਹੜੀ ਆ ਜੀ ਉਹ ਨਹੀਂ ਦੱਸੀ ਕੀ ਰੀਜ਼ਨ ਉਹਦੇ ਕਤਲ ਦੇ ਪਿੱਛੇ, ਇਹਦਾ ਕੁਛ ਵੀ ਜਿਹੜਾ ਉਹ ਨਹੀਂ ਪਤਾ। ਐਕਚੁਅਲੀ ਜਿਹੜੀ ਇੱਕ ਗੱਲ ਜ਼ਰੂਰ ਆ ਜੀ ਕਿ ਜਿਹੜੇ ਸਤਵਿੰਦਰ ਸਿੰਘ ਭੋਲਾ ਨੇ ਉਹ ਕਿੱਥੇ ਰਹਿੰਦੇ ਸਨ ਜਦੋਂ ਤੋਂ ਉਹ ਪੰਜਾਬ ਦੇ ਵਿੱਚੋਂ ਗਏ ਨੇ, ਇਹ ਉਨੀ ਦੇਰ ਤੱਕ ਬਹੁਤਾ ਨਹੀਂ ਸੀ ਪਤਾ ਜੀ, ਜਿੰਨੀ ਦੇਰ ਤੱਕ ਸੂਰਜ ਸਿੰਘ ਖਾਲਸਾ ਹੋਰੀ ਜਿਹੜੇ ਇੱਥੇ ਆ ਕੇ ਪੰਜਾਬ ਦੇ ਵਿੱਚ ਭੁੱਖ ਹੜਤਾਲ ਤੇ ਨਹੀਂ ਬੈਠੇ, ਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਹੌਲੀ ਹੌਲੀ ਪਤਾ ਲੱਗਣ ਲੱਗਿਆ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਹ ਜਿਹੜੀਆਂ ਖਾੜਕੂ ਸਫਾ ਨੇ ਜੀ ਉਹਨਾਂ ਦੇ ਵਿੱਚ ਵੀ ਬਹੁਤ ਚਰਚਿਤ ਰਹੇ ਨੇ, ਤੇ ਬਾਅਦ ਦੇ ਵਿੱਚ ਇੱਕਦਮ ਜਿਹੜਾ ਇੱਥੋਂ ਪੰਜਾਬ ਦੇ ਵਿੱਚੋਂ ਉਹ ਗਾਇਬ ਹੋ ਗਏ ਸਨ ਜੀ। ਸੋ ਪਿਛਲੇ ਕੁਛ ਸਮੇਂ ਤੋਂ ਹੀ ਉਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗਣ ਲੱਗਿਆ ਸੀਗਾ। ਆਈ ਥਿੰਕ ਉਨੀ ਦੇਰ ਤੱਕ ਥੋੜੀ ਇੰਤਜ਼ਾਰ ਕਰਨੀ ਚਾਹੀਦੀ ਹੈ ਜਿੰਨੀ ਦੇਰ ਤੱਕ ਸ਼ਿਕਾਗੋ ਦੀ ਪੁਲਿਸ ਜਿਹੜੀ ਹੈ ਜੀ ਉਹਦੇ ਵੱਲੋਂ ਕੋਈ ਆਫੀਸ਼ੀਅਲ ਤੌਰ ਦੇ ਉੱਤੇ ਜਾਣਕਾਰੀ ਜਿਹੜੀ ਉਹ ਨਹੀਂ ਆ ਜਾਂਦੀ। ਜੀ ਬਿਲਕੁਲ, ਤੇ ਇਸ ਚੀਜ਼ ਦੇ ਵਿੱਚ ਨਾਲ ਜੋੜਦੇ ਹੋਏ ਜਾਈਏ ਵੀ ਜਦ ਉੱਥੇ ਪੁਲਿਸ ਪਹੁੰਚੀ ਸੀ ਤਾਂ ਉਹਨਾਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਛੁਰੇ ਉਹਨਾਂ ਨੂੰ ਮਾਰਿਆ ਗਿਆ ਅਤੇ ਧੌਣ ਦੇ ਲਾਗੇ ਛੁਰਾ ਲੱਗਣ ਕਰਕੇ ਉਹਨਾਂ ਦੀ ਮੌਕੇ 'ਤੇ ਮੌਤ ਹੋਈ ਸੀ, ਅਤੇ $2,000 ਕੈਸ਼ ਜਿਹੜਾ ਉਹਨਾਂ ਦੇ ਲਾਗੋ ਬਰਾਮਦ ਹੋਇਆ। ਸੋ ਰੋਬਰੀ ਦਾ ਕੇਸ ਕਹਿੰਦੇ ਜੀ ਸ਼ਾਇਦ ਨਹੀਂ ਹੈਗਾ, ਸੋ ਕਿਸੇ ਨੇ ਸ਼ਾਇਦ ਪਲੈਨ ਕਰਕੇ ਜਿਹੜਾ ਮਰਡਰ ਕਰਨ ਦੀ ਇਹ ਜਿਹੜੀ ਕੋਸ਼ਿਸ਼ ਕੀਤੀ ਆ। ਸੋ ਬਾਕੀ ਹਾਲੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਅਤੇ ਅਫੀਸ਼ੀਅਲ ਪ੍ਰੈਸ ਰਿਲੀਜ਼ ਇਸ ਦੇ ਉੱਤੇ ਆਉਣੀ ਬਾਕੀ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਕਾਸ਼ ਬਾਦਲ ਹੁਣਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਮੋਦੀ ਹੁਣਾਂ ਦੁਆਰਾ? ਐਕਚੁਅਲੀ ਜੀ ਕਿਉਂਕਿ ਜਦੋਂ ਸੈਂਟਰ ਦੇ ਵਿੱਚ ਸਰਕਾਰ ਬਣਗੀ ਨਰਿੰਦਰ ਮੋਦੀ ਹੋਰਾਂ ਵਾਲੀ, ਤੇ ਤਕਰੀਬਨ 6 ਮਹੀਨੇ 7 ਮਹੀਨੇ ਤਾਂ ਜਿਹੜਾ ਜੀ
ਬਾਦਲ ਸਾਹਿਬ ਨੂੰ ਜਿਹੜਾ ਰਚਿਆ ਰਚਾਇਆ ਦਹਾਕਿਆਂ ਦਾ ਡਾਇਲਾਗ ਸੀਗਾ ਉਹਦੇ ਵਾਸਤੇ ਚੁੱਪ ਧਾਰਨੀ ਪਈ। ਕੇਂਦਰ 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 ਹਰ ਗੱਲ ਦੇ ਉੱਤੇ ਕੇਂਦਰ, ਜੇ ਛਿੱਕ ਆ ਗਈ ਤੇ ਕੇਂਦਰ ਸਰਕਾਰ ਜ਼ਿੰਮੇਵਾਰ, ਜ਼ੁਕਾਮ ਹੋ ਗਿਆ ਤਾਂ ਕੇਂਦਰ ਸਰਕਾਰ ਜ਼ਿੰਮੇਵਾਰ। ਹੁਣ ਜਿਹੜਾ ਐਕਚੁਲੀ ਜੋ ਪੰਜਾਬ ਦੇ ਵਿੱਚੋਂ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਫਿਰ ਵਖਰੇਵਾਂ ਬਣਾ ਕੇ ਚੱਲ ਰਹੀ ਆ ਅਕਾਲੀ ਦਲ ਦੇ ਨਾਲੋਂ, ਤੇ ਇਹਦੇ ਸੰਬੰਧੀ ਉਹ ਕੋਈ ਫੈਸਲਾ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਲੈ ਸਕਦੀ ਆ। ਉਦੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਬਿਆਨਬਾਜ਼ੀ ਜਿਹੜੀ ਹੈ ਜੀ ਇਹ ਜਾਣਬੁੱਝ ਕੇ ਥੋੜੀ ਤੇਜ਼ ਕਰਵਾਈ ਗਈ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤਾਂ ਸਮਾਂ ਹੀ ਨਹੀਂ ਜਿਹੜਾ ਮਿਲ ਰਿਹਾ, ਤਾਂ ਕਿ ਜੇ ਭਾਰਤੀ ਜਨਤਾ ਪਾਰਟੀ ਵੱਖਰਾ ਰਾਹ ਜਿਹੜਾ ਉਹ ਅਖਤਿਆਰ ਕਰਦੀ ਆ ਤੇ ਅਕਾਲੀਆਂ ਦੇ ਵੱਲੋਂ ਇਹ ਕਿਹਾ ਜਾਵੇ ਅਸੀਂ ਤਾਂ ਆਪ ਜਿਹੜਾ ਜੀ ਪਿੱਛੇ ਹਟ ਗਏ ਕਿਉਂਕਿ ਸਾਨੂੰ ਤਾਂ ਉਹ ਮਿਲਣ ਦਾ ਨਹੀਂ ਸੀ ਦਿੰਦੇ। ਅੱਜ ਜੇਕਰ ਡਾਕਟਰ ਮਨਮੋਹਨ ਸਿੰਘ ਹੋਰੀ ਕਿਸੇ ਨੂੰ ਸਭ ਤੋਂ ਵੱਧ ਚੇਤੇ ਆ ਰਹੇ ਹੋਣੇ ਤੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਹੋਣੇ ਆ, ਲੈ ਕੇ ਗੁਲਦਸਤਾ ਪਹੁੰਚ ਜਾਂਦੇ ਸਨ ਜੀ, ਇੱਕ ਹੋਰ ਨਾਲ ਦੀ ਨਾਲ ਮਿਲਣ ਦਾ ਟਾਈਮ ਮਿਲ ਜਾਂਦਾ ਸੀਗਾ ਤੇ ਜਿਹੜਾ ਕੰਮ ਹੁੰਦਾ ਸੀਗਾ ਉਹ ਵੀ ਕਰਵਾ ਲਿਆ ਜਾਂਦਾ ਸੀਗਾ ਤੇ ਆਉਂਦਿਆਂ ਸਾਰ ਚੰਡੀਗੜ੍ਹ ਬਿਆਨ ਆਉਂਦਾ ਸੀ ਕੇਂਦਰ ਦੀ ਸਰਕਾਰ ਬਹੁਤ ਧੱਕਾ ਕਰਦੀ ਹੈ। ਜੀ ਜੀ, ਹੁਣ ਜਿਹੜੇ 18 ਟਾਇਰਾਂ ਵਾਲੇ ਟਰਾਲੇ ਭਰ ਕੇ ਆਉਣੇ ਸੀਗੇ ਪੈਸਿਆਂ ਦੇ, ਨਾ ਉਹ ਆਏ ਨਾ ਪੰਜਾਬ ਨੂੰ ਕੋਈ ਪ੍ਰੋਜੈਕਟ ਮਿਲੇ। ਜਿਹੜੇ ਪ੍ਰੋਜੈਕਟਾਂ ਦਾ ਰੌਲਾ ਪਾਇਆ ਵੀ ਜਾ ਰਿਹਾ ਉਹ ਤਾਂ ਸੜਕਾਂ ਨੇ ਜੀ, ਨੈਸ਼ਨਲ ਹਾਈਵੇ ਨੇ, ਔਰ ਨੈਸ਼ਨਲ ਹਾਈਵੇ ਤੋਂ ਸਰਕਾਰ ਕੇਂਦਰ ਦੀ ਕਰੋੜਾਂ ਰੁਪਈਆ ਕਮਾਉਂਦੀ ਹੈ। ਜੀ ਜੀ, ਲਾਉਂਦੀ ਜਿਹੜੀ ਆ ਲਾਉਣ ਵਾਲੀ ਗੱਲ ਉਹ ਤਾਂ ਬਾਅਦ ਵਾਲੀ ਹੈ ਜੀ, ਔਰ ਜੇ ਉਹ ਲਾਉਂਦੀ ਉਹਨੇ ਉਹ ਤੋਂ ਤਿੱਗਣੇ ਚੌਗਣੇ ਜਿਹੜੇ ਉਹ ਕਮਾਉਣੇ ਨੇ, ਤਾਂ ਕਰਕੇ ਨੈਸ਼ਨਲ ਹਾਈਵੇ ਜਿਹੜੇ ਨੇ ਜੀ ਉਹ ਉਹਨਾਂ ਨੂੰ ਬਣਾਉਣ ਦੀ ਗੱਲ ਜਿਹੜੀ ਸੈਂਟਰ ਦੇ ਵੱਲੋਂ ਆਖੀ ਗਈ ਆ, ਨਹੀਂ ਤਾਂ ਅਦਰਵਾਈਜ਼ ਜਿਹੜਾ ਸੀਗਾ ਜੀ ਉਹ ਪੰਜਾਬ ਦਾ ਦੱਬ ਲਿਆ ਗਿਆ। ਜੀ, ਪੰਜਾਬ ਦੇ ਨਾਲ ਧੱਕਾ ਜਿਹੜਾ ਜੀ ਨਿਰਸੰਦੇ ਪਿਛਲੇ ਸਮੇਂ ਤੋਂ ਹੁੰਦਾ ਰਿਹਾ, ਪਰ ਜਿਸ ਕਿਸਮ ਦਾ ਧੱਕਾ ਹੁਣ ਸ਼ੁਰੂ ਹੋਇਆ ਹੋਇਆ ਜੀ ਸੈਂਟਰ ਦੀ ਸਰਕਾਰ ਦੇ ਵੱਲੋਂ, ਸਾਰਾ ਕੁਛ ਹੀ ਦੱਬਿਆ ਜਾ ਰਿਹਾ ਪੰਜਾਬ ਦਾ, ਉਹ ਇਹੋ ਜਿਹਾ ਪਹਿਲਾਂ ਨਹੀਂ ਦੇਖਿਆ ਕਿਉਂਕਿ ਹੁਣ ਤਾਂ ਸਕੀ ਮਾਂ ਦੀ ਸਰਕਾਰ ਹੈ ਜੀ, ਮਤੇਈ ਮਾਂ ਨੇ ਤਾਂ ਇੰਨਾ ਕੁਛ ਕੀਤਾ ਹੀ ਨਹੀਂ। ਹੁਣ ਜਿਹੜੇ ਸੀਨੀਅਰ ਲੀਡਰ ਨੇ ਉਹ ਲੋਕਾਂ ਨੂੰ ਦੱਸ ਰਹੇ ਨੇ, ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਹੋਰੀ ਸ਼ਾਮਿਲ ਨੇ, ਉਹ ਕਹਿੰਦੇ ਕਿ ਅਸੀਂ ਤਾਂ ਵਾਰ ਵਾਰ ਜਿਹੜਾ ਜੀ ਉਹ ਟਾਈਮ ਲਿਆ ਨਰਿੰਦਰ ਮੋਦੀ ਗਹੁੜਾ ਦੇ ਦਫ਼ਤਰ ਤੋਂ, ਉੱਥੇ ਜਿਹੜਾ ਜੀ ਪ੍ਰਧਾਨ ਮੰਤਰੀ ਕੋਲੇ, ਕਹਿੰਦੇ ਸਾਡੀਆਂ ਸਮੱਸਿਆਵਾਂ ਸੁਣਨ ਦਾ ਸਮਾਂ ਹੀ ਨਹੀਂ ਹੈਗਾ, ਸਾਨੂੰ ਟਾਈਮ ਜਿਹੜਾ ਜੀ ਉਹ ਨਹੀਂ ਦਿੱਤਾ ਜਾਂਦਾ। ਔਰ ਜਿਹੜੇ ਉਹਨਾਂ ਦੇ ਹੋਰ ਆਗੂ ਨੇ ਸ਼ਿੰਦਰ ਸਿੰਘ ਗਰੇਵਾਲ, ਉਹ ਵੀ ਕਹਿੰਦੇ ਨੇ ਜੀ ਕਿ ਅਸੀਂ ਤਾਂ ਬਹੁਤ ਕੁਛ ਜਿਹੜੀ ਕੋਸ਼ਿਸ਼ ਕਰ ਲਈ, 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਪੰਜਾਬ ਨੂੰ ਵਿੱਤੀ ਸੰਕਟ ਵਾਲੇ ਰਾਜਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕਰ ਦਿੱਤਾ ਗਿਆ, ਔਰ ਇਹਦੇ ਵਾਸਤੇ ਵਿਸ਼ੇਸ਼ ਪੈਕੇਜ ਦੀ ਸੰਭਾਵਨਾ ਹੀ ਖਤਮ ਹੋ ਗਈ ਆ, ਯੋਜਨਾ ਕਮਿਸ਼ਨ ਦਾ ਭੋਗ ਪਾ ਦਿੱਤਾ ਗਿਆ, ਔਰ ਇਹਦੇ ਕਰਕੇ ਜਿਹੜਾ ਪੰਜਾਬ ਤੇ ਖੇਤੀ ਸਿੰਚਾਈ ਜਿਹੜੀਆਂ ਹੋਰ ਸਕੀਮਾਂ ਨੇ ਉਹਦੇ ਫੰਡ ਜਿਹੜੇ ਉਹ ਕਿਵੇਂ ਹਾਸਲ ਹੋਣੇ ਨੇ ਇਹ ਪੰਜਾਬ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ। ਇਹਦੇ ਕਰਕੇ ਹੁਣ ਜਿਹੜੇ ਜੀ ਉਹ ਕੇਂਦਰ ਦੇ ਫਿਰ ਸਾਰੀ ਇਹ ਡਰਾਵਾ ਜਿਹੜਾ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਕਰਕੇ ਇਹ ਜਿਹੜੀ ਲੀਡਰਸ਼ਿਪ ਹੈ ਇੱਕ ਕੈਲਕੂਲੇਟਡ ਜਿਹੜੀ ਗੇਮ ਹੈ ਉਹਦੇ ਤਹਿਤ ਜਿਹੜਾ ਜੀ ਇਹ ਹੁਣ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਸਾਨੂੰ ਤਾਂ ਟਾਈਮ ਹੀ ਨਹੀਂ ਮਿਲ ਰਿਹਾ ਦਿੱਲੀ ਤੋਂ, ਇਹ ਟਾਈਮ ਨਹੀਂ ਮਿਲ ਰਿਹਾ। ਤੇ ਆਈ ਥਿੰਕ ਜਿਹੜੇ ਲੋਕ ਸਭਾ ਚੋਣਾਂ ਦੇ ਡਿਊਰਿੰਗ ਬਿਆਨਬਾਜ਼ੀ ਇਹਨਾਂ ਨੇ ਕੀਤੀ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਜਾਂ ਜਿਹੜੀ ਬਾਕੀ ਲੀਡਰਸ਼ਿਪ ਹੈ ਉਹਨੂੰ ਕੀ ਉਹ ਦੁਬਾਰਾ ਉਹਦੇ ਬਾਰੇ ਸੋਚਣਗੇ ਜੀ ਕਿ ਉਹ ਕੀ ਕੁਛ ਇੱਥੇ ਬੋਲਦੇ ਰਹੇ ਨੇ ਤੇ ਅੱਜ ਕੀ ਕੁਛ ਜਿਹੜੀ ਹੈ ਜੀ ਉਹ ਸੈਂਟਰ ਦੀ ਸਰਕਾਰ ਉਹਨਾਂ ਦੇ ਨਾਲ ਜਿਹੜਾ ਜੀ ਉਹ ਕਰ ਰਹੀ ਹੈ। ਜੇ ਹੁਣ ਉਹਨਾਂ ਦੀ ਚੁਣੀ ਹੋਈ ਬਣਵਾਈ ਹੋਈ ਜਿਹੜੀ ਸਰਕਾਰ ਹੈ ਜੀ ਉਹੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਤਾਂ ਫਿਰ ਇਹਦਾ ਜਿਹੜਾ ਜੀ ਉਹ ਹੱਲ ਕੀ ਹੈ? ਉਹਨਾਂ ਨੇ ਆਪਣੇ ਜਿਹੜਾ ਨਾ ਜੀ ਨਿੱਜ ਦੀ ਖਾਤਰ ਹਰਿਆਣੇ ਦੇ ਵਿੱਚ ਜਿਹੜੀ ਚੁਟਾਲਿਆਂ ਦੀ ਮਦਦ ਕੀਤੀ ਉਸ ਚੀਜ਼ ਨੇ ਅਸਲ ਦੇ ਵਿੱਚ ਇਹ ਦਰਾੜਾਂ ਜਿਹੜੀਆਂ ਸੀਗੀਆਂ ਨਾ ਜੀ ਪਾਈਆਂ ਬੀਜੇਪੀ ਦੇ ਅਕਾਲੀ ਦਲ ਦੇ ਵਿਚਾਰੇ ਨਰਿੰਦਰ ਮੋਦੀ ਹੋਰੀ ਉਹ ਵਿਅਕਤੀ ਨੇ ਜੀ ਜਿਹਨੂੰ ਤੁਸੀਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੇ ਨਾਲ ਲੈ ਕੇ ਨਹੀਂ ਚੱਲ ਸਕਦੇ, ਇਗਨੋਰ ਕਰ ਦੇਣਗੇ, ਜਾਂ ਅਮਿਤ ਸ਼ਾਹ ਹੋਰਾਂ ਨੂੰ ਤੁਸੀਂ ਲਾਲ ਕ੍ਰਿਸ਼ਨ ਅਡਵਾਨੀ ਨਹੀਂ ਸਮਝ ਸਕਦੇ। ਸੋ ਇਹਨਾਂ ਦੋਨਾਂ ਦੇ ਵੱਲੋਂ ਜਿਸ ਕਿਸਮ ਦੇ ਨਾਲ ਹਰਿਆਣੇ ਤੋਂ ਬਾਅਦ ਜਿਵੇਂ ਇਹਨਾਂ ਨੇ ਉਲਟ ਸਟੈਂਡ ਲਿਆ ਸੀਗਾ ਤੇ ਉਦੋਂ ਬਾਅਦ ਜੋ ਕੁਛ ਹੋ ਰਿਹਾ ਜੀ ਇਹ ਲੋਕਾਂ ਨੂੰ ਦੱਸਣਾ ਪਊਗਾ ਜੀ, ਜਾਂ ਲੋਕ ਜਿਹੜੇ ਨੇ ਉਹਨਾਂ ਦਾ ਚੇਤਾ ਨਾ ਕਿਤੇ ਖਤਮ ਹੋ ਜਾਏ, ਉਹ ਚੇਤੇ ਜ਼ਰੂਰ ਰੱਖਣ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਪਾਉਣ ਦੇ ਉੱਤੇ ਇਹਨਾਂ ਲੋਕਾਂ ਦੇ ਨਿੱਜ ਜਿਹੜੇ ਉਹ ਜ਼ਿੰਮੇਵਾਰ ਨੇ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਭਗਤਾਂ ਵਾਲੇ ਜਿਹੜੇ ਕੂੜਾ ਡੰਪ ਦਾ ਜਿਹੜਾ ਮਾਮਲਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੀ, ਇਹ ਜਿਹੜਾ ਮਾਮਲਾ ਤਾਂ ਕਾਫੀ
देर का है, पर हूँ क्योंकि सियासत आ गई तो ये इंद्रबीर सिंह बलारिया और भी कुछ दे सत्तर साल बाद जरा जी चेता आया भी ये तो बहुत गलत हो रहा है, तो इस करके वह भी एक जरा जी बोले ने ख्यार ठीक है जो बोल रहे हैं तो यह उन्होंने मामला चुकना जरा जी दुरुस्त है जी। सुखबीर सिंह बादल होर ने तो एक सवाल के जवाब के इतने बठिंडे कहा कि कोई गलत नहीं गा, वो साड़ी पार्टी के खिलाफ थोड़ी चल रहे हैं, वो तो अपने वोटर का मसला जरा जी उभार रहे हैं। सो वोटर का मसला उभारते उभारते इंद्रबीर सिंह बलारिया जड़े जी और अकाल तख्त साहब के जथेदार उन्होंने जी है जी वो चिट्ठी लिखी है कि इस मसले के उत्ते अकाल तख्त साहब के जथेदार जड़े ने दखल देन। उन्होंने यह कहा जी इस चिट्ठी के जोड़ा भगतों वाला डंप है यह दरबार साहब तो सिर्फ 1.5 किलोमीटर दूरी के उत्ते है। मैं इतने भी याद आवाना कि जोड़ा गुरुद्वारा शहीदा है बाबा दीप सिंह जी के नाल रिलेटड उहदे तो 1.5 किलोमीटर भी दूर नहीं गा। उन्होंने यह गल लिखी है कि डंप के निकलण वाली जिहड़ियां गैसा ने वह बहुत वड्डा रोल निभाउणगियां इत्थे पोल्यूशन जिहड़ा जी उहनूं होर ज्यादा वधाउण दे विच, जिहदे करके उन्होंने कहा कि अकाल तख्त साहब के जथेदार जिहड़े ने वह आदेश जारी करन कि इत्थों डंप जिहड़ा जी वह चुकिया जाए। सो होपफुली शायद जथेदार साहब टाइम लैणगे उपरों ते उन्होंने मिल के पुछणगे जी वी किहो जिहा आदेश जारी करिए जी जी। ते अगली जिहड़ी आपां गल करदे आ जिहड़ी धमाकाखेज समगरी वाली जिहड़ी कार उल्टी लब्भी सी उस मामले नूं ठंडे बस्ते च पाउण दीआं कोशिशां तेज़ ने। बिल्कुल जी, इस वेले एक्चुअली जिहड़ी पुलिस है तुसीं देखो कि उह किहड़े तरीके नाल काम कर रही है जी, कि जिधर नूं जाणा चाहीदा सीगा उस पासे वल नूं नहीं जा रहे। मुख्यमंत्री प्रकाश सिंह बादल होरां दा बयान इह हैगा जी हुण बेकसूरां नूं ला दईए जी, जिवें उह गल करदे हुंदे ने उस किस्म दा उन्होंने बयान देता बठिंडे दे विच। हुण बेकसूर जां कसूरवार इनवेस्टिगेशन ने करने ने, अदालतां ने करने ने जां मुख्यमंत्री ने करने ने? मुख्यमंत्री होरां ने उन्हां नूं बेकसूर यह इशारा हुंदा एक बहुत वड्डा अफसरां जिहड़ा हो गया ते इस मसले दे उत्ते जिहड़ा बठिंडा थर्मल प्लांट आ उहदे अंदर जाके जिहड़ा ना जी वह परोला पराली करी जांदी आ पुलिस, और यह कहा जा रहा जी कि जिहड़ा कोला आउंदा जिहड़ी लोडिंग अनलोडिंग हुंदी आ कोले दी उहदे विच कहिंदे कुछ चिंबकी चीज़ां जिहड़ियां उह आउंदियां ने ताकि कोले नूं वख रख्या जा सके। वह जिहड़ियां चीज़ां ने यह कहा जा रहा कि यह उहो जी समगरी हो सकती है जिहड़ी कि उस दिन अकाली दल दे साबका सरपंच की पलटी हुई कार दे विचों जिहड़ी है जी उह मिली है, भाव के इहनूं कोले दे नाल जिहड़ा जी उह जोड़ के उस तरीके नाल खत्म करन दी जिहड़ी है जी उह कोशिश की जा रही है। पहले दिन तो ही सारिया जड़िया कोशिशां आरंभ हो गई सन कि किवें इस सब कासे नूं जिहड़ा जी वह बिले लाउणा खुडे जिहड़ा जी वह लाउणा। दूजा जिहड़ा है जी कि क्योंकि यह आया कित्थों समान क्यों यह कार दे विच सीगा जी, यह भी कहा जा रहा सीगा जी कि कल भी आपां सांझा कीता सीगा कि इहदे विच तां कोई अणपछाता बंदा जिहड़ा सीगा वह चढ़ गया जिहड़ा पटियाले उतर गया यह उहदा भी समान हो सकदा है। दूजे पासे एक होर खबर जिहड़ी है जी वह इस वेले बड़ी वड्डे पद्धर दे उत्ते फिरदी आ, खन्ने ते लुधियाणे की पुलिस जिहड़ी है जी एक कार नूं लभदी फिरदी है जिहदे विच 3 फौज दीआं वर्दियां दे विच व्यक्ति शामिल सन ते उहदे विच वड्डी मात्रा दे विच असला जिहड़ा सीगा जी, और इह जिहड़ा जी इहनां दी गड्डी पेंचर हो गई कल, और जिहड़ी जी इहनां दी पेंचर होई गड्डी जिहड़ी सीगी उहदा जिहड़ा पेंचर लाउण दे वास्ते व्यक्ति गिआ जी जी उहने जिहड़ा जी इह सारा कुछ देखिआ ते उहदे जदों पुलिस नूं दस्सिआ ते पुलिस नूं अजे तक इह गड्डी जिहड़ी है जी उह नहीं लभी। पुलिस कहिंदी आ कि असीं इस मसले नूं ईजी जिहड़ा जी उह नहीं छड्णा चाहुंदे, असीं गंभीरता दे नाल इहदे उत्ते जिहड़ी इहदी भाल आ उह कर रहे हां, इह कौण सन व्यक्ति जिहड़े असला लै के घुम रहे सन, उहनां दा की मकसद सीगा, जिहड़ा नीलो टोल प्लाजा जी उहदे जिहड़ा CCTV फुटेज है उह खंगाली जा रही है, और पुलिस कहिंदी आ जी अजे तक इस मसले दे विच उहनां नूं कोई ਕਲੂ ਜਿਹੜਾ ਜੀ ਉਹ ਨਹੀਂ ਮਿਲਿਆ ਜੀ ਜੀ ਜੀ। ਅਤੇ ਜਿੱਦਾਂ ਦੇ ਸਾਰਾ ਲੱਗਦਾ ਕਲੂ ਇਹਨਾਂ ਨੂੰ ਮਿਲਣਾ ਵੀ ਨਹੀਂ ਆ। ਅਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਜਿਹੜੀਆਂ ਅੱਜ ਦੀਆਂ ਇਹ ਕੁਛ ਖਬਰਾਂ। ਅਤੇ ਜੀ ਬਲਤੇਜ ਪੰਨੂ ਜੀ ਅੱਜ ਨਾਮਾ ਕਿ ਜਿੱਧਰ ਕਿੱਧਰ ਵੀ ਜਾਂਦਾ ਹੈ ਚਲਾ ਮੋਦੀ ਸੈਲਫੀ ਖਿੱਚਦਾ ਫੋਟੋ ਖਿਚਵਾਈ ਜਾਂਦਾ ਜੀ, ਜਿੱਧਰ ਕਿੱਧਰ ਵੀ ਜਾਂਦਾ ਹੈ ਚਲਾ ਮੋਦੀ ਸੈਲਫੀ ਖਿੱਚਦਾ ਫੋਟੋ ਖਿਚਵਾਈ ਜਾਂਦਾ, ਥੈਲੀ ਵਾਲਿਆਂ ਲਈ ਮੀਟਿੰਗ ਸੱਦ ਲੈਂਦਾ, ਅੱਗੋਂ ਸੁਣੇ ਨਹੀਂ ਭਾਸ਼ਣ ਸੁਣਾਈ ਜਾਂਦਾ ਜੀ, ਆਖਰ ਲੈਂਦਾ ਉਹ ਸੱਦ ਪ੍ਰਵਾਸੀਆਂ ਨੂੰ, ਰਾਜਨੀਤੀ ਫਿਰ ਨਿਰੀ ਵਰਤਾਈ ਜਾਂਦਾ, ਭਾਰਤ ਵਿੱਚ ਉੱਡ ਰਹੀ ਖੇਹ ਜਿਹੜੀ ਉਹੀ ਉਹਨਾਂ ਦੇ ਮੂਹਰੇ ਉਡਾਈ ਜਾਂਦਾ ਜੀ, ਹੋਵੇ ਕੀਤਾ ਗਿਆ ਕੰਮ ਤਾਂ ਲੋਕ ਵਹਿੰਦੇ, ਏਦਾਂ ਕਰਨ ਵਾਲੀ ਹੁੰਦੀ ਲੋੜ ਹੈ ਨੀ ਜੀ, ਹੋਵੇ ਕੀਤਾ ਗਿਆ ਕੰਮ ਤਾਂ ਲੋਕ ਵਹਿੰਦੇ, ਏਦਾਂ ਕਰਨ ਵਾਲੀ ਹੁੰਦੀ ਲੋੜ ਹੈ ਨੀ, ਵਾਰਸ ਸ਼ਾਹ ਨਾਲ ਵਾਧੀਆਂ ਜਾਂਦੀਆਂ ਹੀ ਆਦਤ
ਮੋਦੀ ਵੀ ਸਕੇਗਾ ਛੋੜ ਹੈ ਨਹੀਂ। ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ ਬਲਦੇਵ ਮਨੂ ਜੀ। ਅਤੇ ਸ਼ਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਇਹ ਖਬਰਾਂ, ਅਤੇ ਬਹੁਤ ਬਹੁਤ ਧੰਨਵਾਦ ਬਲਦੇਵ ਮਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀ ਹੈ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਔਰ ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਗਣਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਿਹਾ ਹਾਸ ਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।